अज असी तुहानू एक इस तरह के घरेलू नुस्खे बारे दसांगे। जे तुसी ए नुस्खा लगातार 7 दिन लेंदे हो तां तुहाडे शरीर दियां सिर तो लैके पैरां तक सब बंद नसां खुल जाणगियां, नसां मजबूत हो जाणगियां। तुहानू कदे भी वैरिकोज वैंस, कोलेस्ट्रोल, हार्ट ब्लॉकेज अते लकवा जिही बीमारी कदे नहीं होवेगी। जे तुसी साडे दसे गए तरीके नाल इस नुस्खे का इस्तेमाल करोगे तां तुहाडे शरीर के बहुत सारे रोग ठीक हो जाणगे। जे तुहानू डायबिटीज की समस्या है, पिंडलियां च दर्द हुंदा है, शरीर च अकड़न रहिंदी है, जां फिर गैस, एसिडिटी अते बदहजमी की समस्या रहिंदी है, तां इह सब समस्यावां नूं भी इह नुस्खा बिल्कुल ठीक कर देवेगा। इस नाल खून की सफाई हो जाएगी अते खून का गाढ़ापन भी दूर हो जाएगा। ਇਹ ਨੁਸਖਾ ਬਹੁਤ ਹੀ ਜ਼ਿਆਦਾ ਅਸਰਦਾਰ ਹੈ ਕਿਉਂਕਿ ਇਸ ਵਿੱਚ ਇਸਤੇਮਾਲ ਕੀਤੀਆਂ ਸਾਰੀਆਂ ਚੀਜ਼ਾਂ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹਨ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਇਹ ਨੁਸਖਾ ਬਣਾਉਣਾ ਕਿਸ ਤਰ੍ਹਾਂ ਹੈ ਅਤੇ ਲੈਣਾ ਕਿਸ ਤਰ੍ਹਾਂ ਹੈ। ਇਸ ਤੋਂ ਪਹਿਲਾਂ ਜੇ ਤੁਸੀਂ ਸਾਡਾ ਫੇਸਬੁੱਕ ਅਤੇ ਯੂਟਿਊਬ ਚੈਨਲ ਸਿਹਤ ਪੰਜਾਬ ਹੈਲਥ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ। ਇਸ ਨੁਸਖੇ ਲਈ ਸਭ ਤੋਂ ਪਹਿਲਾਂ ਲਵਾਂਗੇ ਲਸਣ। ਲਸਣ ਦਾ ਇਸਤੇਮਾਲ ਹਰ ਘਰ ਵਿੱਚ ਕੀਤਾ ਜਾਂਦਾ ਹੈ। ਇਹ ਦਵਾਈਆਂ ਦੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਕੀਤੀਆਂ ਜਾ ਸਕਦੀਆਂ ਹਨ ਕਿਉਂਕਿ ਇਸ ਵਿੱਚ ਐਂਟੀਬਾਇਓਟਿਕ, ਐਂਟੀਵਾਇਰਲ, ਐਂਟੀਫੰਗਲ, ਕੈਲਸ਼ੀਅਮ ਅਤੇ ਵਿਟਾਮਿਨ ਜਿਹੇ ਗੁਣ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਵਿੱਚ ਕੋਲੈਸਟਰੋਲ ਕੰਟਰੋਲ ਰਹਿੰਦਾ ਹੈ। ਜੇ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਕੱਚੇ ਲਸਣ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਬਲੱਡ ਸਰਕੂਲੇਸ਼ਨ ਵੱਧਦਾ ਹੈ ਅਤੇ ਖੂਨ ਪਤਲਾ ਰਹਿੰਦਾ ਹੈ। ਇਸ ਨਾਲ ਡਾਇਬਟੀਜ਼ ਕੰਟਰੋਲ ਹੁੰਦੀ ਹੈ ਅਤੇ ਹਾਜ਼ਮਾ ਵੀ ਤੇਜ਼ ਹੁੰਦਾ ਹੈ। ਇੱਥੇ ਆਪਾਂ 3-4 ਕਲੀਆਂ ਲਸਣ ਦੀਆਂ ਲਵਾਂਗੇ। ਹੁਣ ਅਗਲੀ ਚੀਜ਼ ਜੋ ਲੈਣੀ ਹੈ ਉਹ ਹੈ ਹਲਦੀ। ਹਲਦੀ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਹ ਸਰੀਰ ਦਾ ਹਰ ਦਰਦ ਅਤੇ ਸੋਜ ਨੂੰ ਘੱਟ ਕਰਦੀ ਹੈ। ਇਹ ਇੱਕ ਐਂਟੀਸੈਪਟਿਕ ਅਤੇ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਦੀ ਇਮਿਊਨਿਟੀ ਵੱਧਦੀ ਹੈ ਅਤੇ ਨਸਾਂ ਦੀ ਬਲੌਕੇਜ ਦੂਰ ਹੁੰਦੀ ਹੈ। ਹੁਣ ਅਗਲੀ ਚੀਜ਼ ਜੋ ਲੈਣੀ ਹੈ ਉਹ ਹੈ ਕਾਲੀ ਮਿਰਚ। ਇੱਥੇ ਆਪਾਂ 3-4 ਕਾਲੀਆਂ ਮਿਰਚਾਂ ਲਵਾਂਗੇ। ਕਾਲੀ ਮਿਰਚ ਵਾਤ ਅਤੇ ਕਫ ਰੋਧੀ ਹੁੰਦੀ ਹੈ। ਕਾਲੀ ਮਿਰਚ ਦਾ ਸੇਵਨ ਕਰਨ ਨਾਲ ਪੇਟ ਦੇ ਰੋਗ ਵੀ ਠੀਕ ਹੁੰਦੇ ਹਨ। ਇਹ ਹਾਜ਼ਮੇ ਨੂੰ ਤੇਜ਼ ਕਰਦੀ ਹੈ। ਹੁਣ ਅਗਲੀ ਚੀਜ਼ ਜੋ ਲੈਣੀ ਹੈ ਉਹ ਹੈ ਦਾਲਚੀਨੀ। ਇੱਥੇ 1 ਚੁਟਕੀ ਦਾਲਚੀਨੀ ਪਾਊਡਰ ਲਵਾਂਗੇ। ਦਾਲਚੀਨੀ ਦਿਲ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਹ ਨਸਾਂ ਦੀ ਬਲੌਕੇਜ ਨੂੰ ਦੂਰ ਕਰਦੀ ਹੈ ਅਤੇ ਬਲੱਡ ਸਰਕੂਲੇਸ਼ਨ ਨੂੰ ਵਧਾਉਂਦੀ ਹੈ। ਦਾਲਚੀਨੀ ਦਾ ਸੇਵਨ ਕਰਨ ਨਾਲ ਡਾਇਬਟੀਜ਼ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਇਹ ਨੁਸਖਾ ਬਣਾਉਣਾ ਕਿਸ ਤਰ੍ਹਾਂ ਹੈ। ਸਭ ਤੋਂ ਪਹਿਲਾਂ 1 ਗਿਲਾਸ ਗੁਣਗੁਣਾ ਪਾਣੀ ਲਓ। ਫਿਰ ਇਸ ਪਾਣੀ ਅੰਦਰ 1 ਚੁਟਕੀ ਹਲਦੀ ਮਿਲਾ ਲਓ ਅਤੇ 4-5 ਕਾਲੀਆਂ ਮਿਰਚਾਂ ਨੂੰ ਪੀਸ ਕੇ ਮਿਲਾਓ। ਫਿਰ ਇਸ ਵਿੱਚ 1 ਚੁਟਕੀ ਦਾਲਚੀਨੀ ਪਾਊਡਰ ਮਿਲਾਓ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਹ ਨੁਸਖਾ ਬਣ ਕੇ ਤਿਆਰ ਹੈ। ਹੁਣ ਇਸ ਪਾਣੀ ਨੂੰ ਪੀ ਲਓ ਅਤੇ ਲਸਣ ਨੂੰ ਚਬਾ ਚਬਾ ਕੇ ਖਾ ਲਓ। ਇਸ ਨੁਸਖੇ ਨੂੰ ਸਵੇਰੇ ਖਾਲੀ ਪੇਟ ਲੈਣਾ ਹੈ। ਲਗਾਤਾਰ 7 ਦਿਨ ਜ਼ਰੂਰ ਲੈ ਕੇ ਦੇਖੋ। ਇਹ ਨੁਸਖਾ ਬਹੁਤ ਹੀ ਜ਼ਿਆਦਾ ਅਸਰਦਾਰ ਹੈ। ਤੁਹਾਡੀਆਂ ਨਸਾਂ ਵਿੱਚ ਜਿੰਨੀ ਵੀ ਗੰਦਗੀ ਜਮ੍ਹਾਂ ਹੋ ਗਈ ਹੈ ਉਸ ਨੂੰ ਬਾਹਰ ਕੱਢ ਦੇਵੇਗਾ। ਪੂਰੇ ਸਰੀਰ ਦੀ ਸਫਾਈ ਹੋ ਜਾਵੇਗੀ, ਨਸਾਂ ਮਜ਼ਬੂਤ ਹੋ ਜਾਣਗੀਆਂ। ਜੇ ਤੁਹਾਨੂੰ ਵੈਰੀਕੋਜ ਵੈਂਸ ਦੀ ਸਮੱਸਿਆ ਹੈ ਤਾਂ ਉਹ ਵੀ ਠੀਕ ਹੋ ਜਾਵੇਗੀ। ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਕੰਟਰੋਲ ਹੋ ਜਾਵੇਗੀ। ਹੱਡੀਆਂ ਦਾ ਦਰਦ ਅਤੇ ਸੋਜ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ। ਜੇ ਤੁਹਾਡਾ ਮੋਟਾਪਾ ਬਹੁਤ ਜ਼ਿਆਦਾ ਵੱਧ ਗਿਆ ਹੈ ਤਾਂ ਇਸ ਨੁਸਖੇ ਨਾਲ ਮੋਟਾਪਾ ਵੀ ਕੰਟਰੋਲ ਰਹੇਗਾ। ਉਮੀਦ ਹੈ ਇਹ ਨੁਸਖਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਵੀਡੀਓ ਦੇਖਣ ਲਈ ਧੰਨਵਾਦ।